हेलो एवरीवन वेलकम बैक टू योर ओन चैनल एमके ब्रेन ट्री सो स्टूडेंट्स ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਲਾਸ 6 ਦਾ ਲੈਸਨ ਨੰਬਰ 9 ਕਾਪਲੀ ਵਾਲਾ ਕਰਾਂਗੇ ਜੋ ਅਰਵਿੰਦਰ ਨਾਥ ਚਗੋਰ ਦੀ ਲਿਖੀ ਹੋਈ ਹੈ ਸੋ ਸਭ ਤੋਂ ਪਹਿਲਾਂ ਆਪਾਂ ਇਸ ਤੇ ਵਰਡ मीनिंग ਦੇਖਾਂਗੇ ਦੇਖੋ वरीड वरीड ਹੁੰਦਾ ਚਿੰਤਿਤ ਜਾ ਚਿੰਤਾ ਹੋਣੀ ਕਵਾਈਟਨ ਚੁੱਪ ਕਰਾਉਣਾ ਕਨਵਰਸੇਸ਼ਨ ਗੱਲਬਾਤ ਲਾਈਵਲੀ ਚੁਲਬਲੀ ਜਾਂ ਜੀਵਿਤ ਕਲਾਉਡਸ ਬੱਦਲ ਕਰਾਇਮ ਜ਼ੁਰਮ ਰੈਕੋਗਨਾਈਜ਼ ਪਛਾਣਨਾ ਸੈਰਮੋਨੀਜ਼ ਰਸਮਾਂ ਟੈਰਰ ਡਰ ਜਾਂ ਸਹਿਮ ਚੈਟਰ ਬਾਕਸ ਗਲੜੀ ਸੈਕ ਬੋਰੀ ਟੈਂਡਰਲੀ ਕੁਮਲਤਾ ਨਾਲ ਚੈਟਰ ਬੜਬੜ ਐਕਸਪੈਂਸਸ ਖਰਚੇ ਬੱਚਿਓ ਆਈ ਹੋਪ ਤੁਹਾਨੂੰ ਸਭ ਨੂੰ ਵਰਡ मीनिंग ਕਲੀਅਰ ਹੋ ਕੇ ਹੋਣਗੇ ਇਸ ਤੋਂ ਬਾਅਦ ਆਪਾਂ ਜੋ ਤੁਹਾਨੂੰ ਵਰਸ ਦਿੱਤੇਗੇ ਨੇ ਤਾਂ ਉਹਨਾਂ ਦੇ ਤੁਸੀਂ ਸੈਂਟੈਂਸ ਬਣਾਉਗੇ ਤੁਹਾਨੂੰ ਵਰਡਸ ਨਾਲ ਉਹਨਾਂ ਦੇ मीनिंग ਵੀ ਦਿੱਤੇ ਹੋਏ ਹਨ ਫਸਟ ਇਜ਼ ਚੈਟਿੰਗ ਚੈਟਿੰਗ ਇਜ਼ ਐਜ਼ ਅ ਵਰਬ ਟਾਕਿੰਗ ਇਨ ਅ ਫਰੈਂਡਲੀ ਵੇ ਮਤਲਬ ਜੋ ਤੁਸੀਂ ਕਿਸ ਨਾਲ ਗੱਲਬਾਤ ਕਰਦੇ ਹੋ ਤਾਂ ਬੜੇ ਹੀ ਫਰੈਂਡਲੀ ਵੇ ਨਾਲ ਕਰਦੇ ਹੋ ਇਹਦੇ ਸੈਂਟੈਂਸ ਕੀ ਬਣੇਗਾ ਆਈ ਏਮ ਚੈਟਿੰਗ ਵਿਦ ਅ ਫਰੈਂਡ ਮੈਂ ਆਪਣੇ ਦੋਸਤ ਨਾਲ ਗੱਲਬਾਤ ਕਰ ਰਹੀ ਹਾਂ conversation talk between people ਜਦੋਂ ਆਪਾਂ ਦੋ ਜਾਣੇ ਜਾਂ ਦੋ ਤੋਂ ਵੱਧ ਜਾਣੇ ਗੱਲਾਂ ਕਰਦੇ ਆ ਤਾਂ ਆਪਾਂ ਉਸ ਨੂੰ ਕਨਵਰਸੇਸ਼ਨ ਬੋਲਦੇ ਹਾਂ ਵੀ ਹੈਡ ਅ ਲੌਂਗ ਕਨਵਰਸੇਸ਼ਨ ਸਾਡੀ ਜਿਹੜੀ ਗੱਲਬਾਤ ਸੀ ਬੜੀ ਲੰਬੀ ਸੀ ਲਾਈਵਲੀ ਜੋ ਜੀਵਤ ਹੁੰਦਾ ਜਾਂ ਬਹੁਤ ਚੁਲਬੁਲਾ ਹੁੰਦਾ ਫੁੱਲ ਆਫ ਲਾਈਫ ਹਿਸ ਪਰਫਾਰਮੈਂਸ ਵਾਸ ਲਾਈਵਲੀ ਜੋ ਉਸਦੀ ਪਰਫਾਰਮੈਂਸ ਸੀ ਬਿਲਕੁਲ ਜੀਵਤ ਲੱਗ ਰਹੀ ਸੀ ਮਤਲਬ ਉਸਦੀ ਜੋ ਐਕਟੀਵਿਟੀਸ ਨੇ ਸ਼ੋਅ ਕੀਤੇ ਆ ਬਿਲਕੁਲ ਹੀ ਜੀਵਤ ਬਿਲਕੁਲ ਫੁੱਲ ਆਫ ਲਾਈਫ ਸੀ ਕ੍ਰਾਈਮ ਕੀ ਹੁੰਦਾ ਬੇਟਾ ਜ਼ੁਰਮ ਕਰਨਾ ਐਨ ਐਕਟ ਫॉर ਵਿਚ ਯੂ ਕੈਨ ਬੀ ਪਨਿਸ਼ਡ ਬਾਈ ਲਾ ਉਹ ਵਾਲਿਆ ਐਕਟ ਜਿਸਦੇ ਵਿੱਚ ਤੁਸੀਂ ਜਦੋਂ ਗਲਤੀ ਕਰਦੇ ਹੋ ਕੋਈ ਕ੍ਰਾਈਮ ਕਰਦੇ ਹੋ ਤਾਂ ਕਾਨੂੰਨ ਦੁਆਰਾ ਤੁਹਾਨੂੰ सजा दी जाती है पनिश किया जाता है ए क्राइम कैन नैवर रिमेन हिडन फॉर अ लोंग वाइल जो तुसे जुर्म किया होंगे है ज़्यादा लंबे समय तक छुपया नहीं रह सकता सैरेमनी एन इंपोर्टेंट रिलीजियस और सोशल इवेंट वैडिंग बर्थडे एक्सैट्रा महत्वपूर्ण ਧਾਰਮਿਕ ਅਤੇ ਸਮਾਜਿਕ ਇਵੈਂਟਸ ਜਿਸ ਦੇ ਵਿੱਚ ਤੁਸੀਂ ਵਿਡਿੰਗ ਵਿਆਹ ਬਰਥਡੇ ਜਨਮ ਦਿਨ ਜਾਂ ਹੋਰ ਪਾਰਟੀਆਂ ਵੈਰਾ ਹੋ ਸਕਤੀਆਂ ਹਨ ਉਸ ਨੂੰ ਆਪਾਂ ਸੈਰੇਮਨੀ ਬੋਲਾਂਗੇ ਤਾਂ ਮੈਰਿਜ ਸੈਰੇਮਨੀ ਵਾਸਪਮ ਫਾਰਮਡ ਵੈਲ ਜੋ ਮੈਰਿਜ ਸੈਰੇਮਨੀ ਸੀ ਬਹੁਤ ਵਧੀਆ ਪਰਫਾਰਮ ਹੋਈ ਅਫੋਰਡ ਟੂ ਹੈਵ ਇਨਫ ਮਨੀ ਟੂ ਪੇ ਫਾਰ ਸਮਥਿੰਗ ਮਤਲਬ ਕਿ ਤੁਹਾਡੇ ਕੋਲ ਓਨੇ ਪੈਸੇ ਹੋਣੇ ਇਨਫ ਮਨੀ ਹੋਣੀ ਜਿਸ ਨਾਲ ਤੁਸੀਂ ਪੈਸਾ ਖਰਚ ਪੇ ਕਰ ਸਕੋ ਅਫੋਰਡ ਕਰਨਾ ਆਈ ਕੈਨਟ ਅਫੋਰਡ ਟੂ ਬਾਈ ਅ ਨਿਊ ਕਾਰ ਕਹਿੰਦਾ ਮੈਂ ਨਵੀਂ ਕਾਰ ਨਹੀਂ ਖਰੀਦ ਸਕਦਾ ਮਤਲਬ ਮੇਰੇ ਕੋਲ ਉਹਨੇ ਪੈਸੇ ਹੀ ਨਹੀਂ ਹੈ ਕਿ ਮੈਂ ਨਵੀਂ ਕਾਰ ਖਰੀਦ ਸਕਾਂ ਸੋ ਅਫੋਰਡ ਕਰਨਾ ਖਰਚ ਤੁਸੀਂ ਕਿੰਨਾ ਸੈਂਡ ਕਰ ਸਕਦੇ ਹੋ ਅਫੋਰਡ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਇਸ ਤੋਂ ਬਾਅਦ ਆਪਣੀ ਐਕਟੀਵਿਟੀ ਨੰਬਰ 3 ਆ ਜਾਏਗੀ ਜਿਸ ਤੇ ਵਿੱਚ ਤੁਹਾਨੂੰ ਕੁਐਸਚਨ ਦੇ ਨਾਲ ਦੋ ਆਪਸ਼ਨ ਦਿੱਤੇ ਗਏ ਉਹਨਾਂ ਦੇ ਵਿੱਚ ਤੁਸੀਂ ਇੱਕ ਆਪਸ਼ਨ ਚੋਸ ਕਰਨਾ ਉਹ ਤੁਹਾਡਾ ਰਾਈਟ ਆਨਸਰ ਹੋਏਗਾ ਵਾਈਫ ਹਾਸ ਮਿਨੀ ਅਫਰੇਡ ਆਫ ਦਾ ਕਾਬਲੀ ਵਾਲਾ ਮਿਨੀ ਕਾਬਲੀ ਵਾਲੇ ਤੋਂ ਕਿਉਂ ਡਰ ਰਹੀ ਸੀ ਅਫਰੇਡ ਨੰਬਰ 1 ਕਾਬਲੀ ਵਾਲਾ ਲੁੱਕਡ ਵੈਰੀ ਹਾਰਿਬਲ ਹਾਰਿਬਲ ਹੁੰਦਾ ਭਿਆਨਕ ਕਾਬਲੀ ਵਾਲਾ ਬਹੁਤ ਭਿਆਨਕ ਲੱਗ ਰਿਹਾ ਸੀ ਨੰਬਰ ਬੀ she had heard that ਕਾਬਲੀ ਵਾਲਾ ਕੌਟ ਦਾ ਚਿਲਡਰਨ ਜਾਂ ਮਿੰਨੀ ਨੇ ਇਹ ਸੁਣਿਆ ਹੋਇਆ ਸੀ ਕਿ ਕਾਬਲੀ ਵਾਲਾ ਬੱਚਾ ਨੂੰ ਪਕੜ ਕੇ ਜਾਂ ਚੁੱਕ ਕੇ ਲੈ ਜਾਂਦਾ ਹੈ ਸੋ ਆਪਸ਼ਨ ਨੰਬਰ ਬੀ ਇਸ ਰਾਈਟ ਉਸਨੇ ਇਹ ਸੁਣਿਆ ਸੀ ਕਿ ਕਾਬਲੀ ਵਾਲਾ ਬੱਚਾ ਨੂੰ ਪਕੜ ਕੇ ਲੈ ਜਾਂਦਾ ਹੈ ਵਟ ਵਾਸ ਕਾਬਲੀ ਵਾਲਾ ਸਨੇਮ ਕਾਬਲੀ ਵਾਲੇ ਦਾ ਕੀ ਨਾਮ ਸੀ ਰਹਿਮਨ ਜਾਂ ਅਰਮਾਨ ਰਹਿਮਨ ਔਰ ਇਹ ਰਹਿਮਨ ਕਿੱਥੋਂ ਆਇਆ ਸੀ afghanistan ਤੋਂ ਆਇਆ ਸੀ why was the kabuli wala arrested arrest ਹੁੰਦਾ ਪਕੜਨਾ kabuli wale nu police ne kyon pakadya si number a he had stolen money from minnie's house kyun usne minnie de ghar to paise churale si ja he had stabbed a man stab ਹੁੰਦਾ ਸ਼ੁਰਾ ਖਬੋਣਾ kise nu maar dena कि ਉਸਨੇ ਇੱਕ ਆਦਮੀ ਦੇ ਸ਼ੁਰਾ ਖੋ ਕੇ ਉਸਨੂੰ ਮਾਰ ਦਿੱਤਾ ਸੀ ਯੈਸ ਆਨਸਰ ਬੀ ਇਜ਼ ਰਾਈਟ ਉਸਨੇ ਉਸਨੂੰ ਕਿਉਂ ਮਾਰਿਆ ਸੀ ਕਿਉਂਕਿ ਜਿਸ ਟਾਈਮ ਰਹਿਮਨ ਨੇ ਉਸ ਆਦਮੀ ਤੋਂ ਪੈਸੇ ਲੈਣੇ ਸੀ ਚਾਦਰ ਦੇ ਉਸ ਟਾਈਮ ਉਹ ਇਨਸਾਨ ਉਸਨੂੰ ਪੈਸੇ ਨਹੀਂ ਦੇ ਰਿਹਾ ਸੀ ਤਾਂ ਹਾਈਪਰ ਹੋ ਕੇ ਗੁੱਸੇ ਵਿੱਚ ਆ ਕੇ ਉਸਨੇ ਕੀ ਕੀਤਾ ਉਸਨੂੰ ਮਾਰ ਦਿੱਤਾ what did mini's father give to the kabli wala ਮਿਨੀ ਦੇ ਫਾਦਰ ਨੇ ਕਾਬਲੀ ਵਾਲੇ ਨੂੰ ਕੀ ਦਿੱਤਾ ਸੀ ਸਮ ਕਲੋਸ ਐਂਡ ਫੂਡ ਕੁਝ ਕੱਪੜੇ ਅਤੇ ਭੋਜਨ ਜਾਂ ਸਮ ਮਨੀ ਕੁਝ ਪੈਸੇ ਸੋ ਆਨਸਰ ਇਜ਼ ਸਮ ਮਨੀ ਉਸਨੇ ਮਨੀ ਉਸ ਨੂੰ ਕਿਉਂ ਦਿੱਤੀ ਜਿਸ ਟਾਈਮ ਰਹਿਮਨ ਜੇਲ ਤੋਂ ਬਾਹਰ ਆਇਆ ਸੀ ਉਸ ਟਾਈਮ ਮਿਨੀ ਦੀ ਸ਼ਾਦੀ ਹੋ ਰਹੀ ਸੀ ਉਹ ਮਿਨੀ ਨੂੰ ਦੇਖ ਕੇ ਕਾਫੀ ਜ਼ਿਆਦਾ ਅਪਸੈਟ ਹੋ ਜਾਂਦਾ ਔਰ ਸਰਪ੍ਰਾਈਜ਼ ਹੋ ਜਾਂਦਾ ਦੇਖ ਕੇ ਕਿ ਮਿਨੀ ਕਿੰਨੀ ਵੱਡੀ ਹੋ ਗਈ ਉਸੇ ਟਾਈਮ ਉਸ ਨੂੰ ਆਪਣੀ ਬੇਟੀ ਦੀ ਵੀ ਯਾਦ ਆਂਦੀ ਹੈ ਸੇਮ ਤਾਂ ਮਿਨੀ ਦਾ ਫਾਦਰ ਜੋ ਹੁੰਦਾ ਆਪਣੇ ਬੇਟੀ ਦੇ ਵਿਆਹ ਦੇ ਪੈਸਿਆਂ ਵਿੱਚੋਂ ਕੁਝ ਪੈਸੇ ਸੇਵ ਕਰਕੇ ਰਹਿਮਨ ਨੂੰ ਦੇ ਦਿੰਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਅਫਗਾਨਿਸਤਾਨ ਚਲਾ ਜਾ ਆਪਣੀ ਬੇਟੀ ਦੇ ਕੋਲ ਠੀਕ ਹੈ ਦੈਟਸ ਵਾਈ ਉਹ ਉਸ ਨੂੰ ਸਮ ਬਣੇ ਦਿੰਦਾ ਹੈ Minnie's father couldn't afford the military band on her marriage why jehda minni da father si minni di marriage te military band te electric wire da afford kyon nahi kar sakya si kyunki aapan hun hi padya ki usne jo paise kuch bachaye hoye si save kitte hoye si ge oh usne rahm manun de ditti अफगानिस्तान जाय अपनी बेटी को उसकी मैरिज करा करी ठीक है सो आंसर ਦੇ ਵਿੱਚ ਆਪਾਂ ਦੇਖ ਲਵਾਂਗੇ ਕਿ ਕਿਹੜੇ ਕਿਹੜੇ ਆਪਸ਼ਨ ਦਿੱਤੇ ਹੋਇਆ बिकॉज़ ही हैड गिवेन सम मनी टू द काबली वाला कि ਉਸਨੇ ਕੁਛ ਪੈਸੇ ਕਾਬਲੀ ਵਾਲ ਨੂੰ ਦਿੱਤੇ ਸਨ ਜਾਂ ਹੀ ਹੈड suffered a huge loss in his business ਜਦ ਮਿੰਨੀ ਦਾ ਫਾਦਰ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਵੱਡਾ ਘਾਟਾ ਖਾਦਾ ਸੀਗਾ ਸੋ ਆਪਾਂ ਨੂੰ ਪਤਾ ਕਿ ਮਿੰਨੀ ਦਾ ਫਾਦਰ ਇੱਕ ਕਹਾਣੀਕਾਰ ਹੁੰਦਾ ਹੈ ਉਸਨੇ ਕੁਝ ਮਨੀ ਕਾਬਲੀ ਵਾਲਾ ਨੂੰ ਦਿੱਤੀ ਹੁੰਦੀ ਹੈ ਸੋ ਆਪਸ਼ਨ A ਇਜ਼ ਰਾਈਟ ਆਨਸਰ ਇਸ ਤੋਂ ਬਾਅਦ ਤੁਸੀਂ ਕਰਾਸ অর ਟਿਕ ਮਤਲਬ ਟਰੂ অর ਫਾਲਸ ਕਰੂੰਗੀ ਆਪਾਂ ਲੈਸਨ ਪੜਿਆ ਲੈਸਨ ਵਿੱਚ ਆਪਾਂ ਨੂੰ ਪਤਾ ਕਿ ਲਿਟਲ ਮੀਨੀ ਵਾਸ 3 ইয়ার্স 올ਡ নো ਸ਼ੀ ਵਾਸ 5 ইয়ার্স 올ਡ 5 ਸਾਲ ਦੀ ਹੁੰਦੀ ਹੈ ਸੋ ਨੇ 3 ইয়ার্স ਪੈਸੋ ਇਟ ਇਜ਼ ਰੋਂਗ ਰਹਿਮਨ ਬਾਜ਼ ਆ ਬਿਗ ਬੀਡਡ ਪਠਾਨ 빅 ਬੀਅਰਡਡ ਹੁੰਦਾ ਬਹੁਤ ਲੰਬੀ ਦਾੜੀ ਵੱਡੀ ਦਾੜੀ ਉਹ ਇੱਕ ਪਠਾਨ ਸੀ ਰਹਿਮਨ ਤੇ ਉਸਦੀ ਵੱਡੀ ਦਾੜੀ ਸੀ ਯੈਸ ਇਟ ਇਜ਼ ਰਾਈਟ ਸੋ ਇਸ ਤੇ ਅੱਗੇ ਆਪਾਂ ਟਿਕ ਪੁੱਟ ਕਰਾਂਗੇ ਦਾ ਕਾਬਲੀ ਵਾਲਾ ਵਾਸ ਹੈਂਗ ਟੂ ਡੈਥ ਕੀ ਰਹਿਮਨ ਕਾਬਲੀ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਨੋ ਸੋ ਇਸ ਤੇ ਅੱਗੇ ਆਪਾਂ ਕਰਾਸ ਲਗਾਵਾਂਗੇ ਮੈਨੀ ਕੁਡ ਨਾਟ ਫੋਰਗੇਟ ਦਾ ਕਾਬਲੀ ਵਾਲਾ ਕੀ ਮਿੰਨੀ ਕਾਬਲੀ ਵਾਲ ਨੂੰ ਨਹੀਂ ਪੁੱਛ ਸਕਦੀ ਸੀ ਗਲਤ ਮਿੰਨੀਜ਼ ਫਾਦਰ ਹੈਲਪਡ ਰਹਿਮਨ ਵਿਦ ਸਮ ਮਨੀ ਯੈਸ ਮਿੰਨੀ ਦੇ ਫਾਦਰ ਨੇ ਰਹਿਮਨ ਦੀ ਕੁਝ ਪੈਸੇ ਨਾਲ ਮਦਦ ਕੀਤੀ ਸੀ ਟਰੂ ਇਸ ਤੋਂ ਬਾਅਦ ਆਪਾਂ ਦੇਖਾਂਗੇ ਕੰਪਲੀਟ ਦਾ ਫੋਲੋਇੰਗ ਸੈਂਟੈਂਸਸ ਸੋ ਇੱਥੇ ਆਪਾਂ ਨੂੰ ਸੈਂਟੈਂਸ ਕੰਪਲੀਟ ਕਰਨੇ ਹੋਣਗੇ सो so, इत अपने कोई जस्ट डायरैक्ट आंसर जन फअप नहीं छो रही कितने फिलअप करनी है यू कैन चैक योर टैक्सट बुक मिनी कूडेंट लिव विदआउट इस तो बद फिलअप हो चैटिंग ऑल द टाइम जो मिनी सी चुलबुली सगी सी चैटरबॉक्स हमेशा चैटिंग करती रही सी तो उसकी मदरू यही वर्ड सी कि कदों बोलना बंद करेगी ठीक है सो चैटिंग ऑल द टाइम the kabliwala and mini would sit and chat kabliwala te mini dono jande baith jande ate gallan karde kinna time for hours ghante ghante and crack jokes with each other te ik dusre nu no chutkule sunande there was a terrible noise in the street gali vich bhayanak rola suneya mini had grown into a beautiful woman yes mini ik hun bahut sundar aurat ban chuki si ਮਿਨੀਸ ਫਾਦਰ ਹੈਡ ਟੂ ਕਟ ਡਾਊਨ ਦਾ ਐਕਸਪੈਂਸਸ ਔਨ ਦਾ ਵੈਡਿੰਗ ਮਿਨੀ ਦੇ ਫਾਦਰ ਨੂੰ ਵਿਆਹ ਦੇ ਵਿੱਚ ਕਟ ਡਾਊਨ ਖਰਚੇ ਐਕਸਪੈਂਸਸ ਖਰਚੇ ਕਾਡਨ ਕੱਟ ਕਰਨੇ ਪਏ ਯੈਸ ਆਈ ਹੋਪ ਤੁਹਾਨੂੰ ਸਭ ਨੂੰ ਐਕਟੀਵਿਟੀ ਨੰਬਰ 1 ਤੋਂ ਲੈ ਕੇ 5 ਤੱਕ ਕਲੀਅਰ ਹੋ ਗਿਆ ਹੋਵੇਗਾ ਸੋ ਬੱਚਿਓ ਪਲੀਜ਼ ਸਬਸਕ੍ਰਾਈਬ ਦਿਸ ਚੈਨਲ ਲਾਈਕ ਐਂਡ ਸ਼ੇਅਰ ਦਾ ਵੀਡੀਓ ਥੈਂਕ ਯੂ ਸੋ ਮੱਚ